रानी मुखर्जी काजल अर्शना ठीक है ਮੈਨੂੰ ਸੂਟ ਸਲਵਾਰ ਵਾਲੀ ਜਿਹੜੀ ਲੁੱਕ ਆ ਉਹ ਬੈਸਟ ਲੁੱਕ ਲੱਗਦੀ ਆ। ਮੈਂ ਇਦਾਂ ਨਹੀਂ ਕਹਿ ਰਿਹਾ ਕਿ ਗਲੈਮਰ ਨਹੀਂ ਪਾਉਣਾ ਚਾਹੀਦਾ, ਉਹ ਸਾਰੇ ਮੈਂ ਆਪ ਪੂਰੇ ਗਲੈਮਰ ਸੋਚ ਬੈਠਾ। ਕਾਮੇਡੀ ਪਲੱਸ ਰੋਮਾਂਟਿਕ, ਮੇਰੇ ਕੋ ਇਹ ਦੋ ਕਾ ਕੰਬੀਨੇਸ਼ਨ ਅੱਛਾ ਲੱਗਦਾ ਹੈ। ਆਈ ਥਿੰਕ ਇਵਨ ਸ਼ੀ ਨੈਚੁਰਲੀ ਹੈਜ਼ ਅ ਵੈਰੀ ਵੈਰੀ ਗ੍ਰੇਟ ਸੈਂਸ ਆਫ ਹਿਊਮਰ, ਸੋ ਯਾ ਦੈਟਸ ਵਾਟ ਆਈ ਫੈਲਟ ਕਿ ਉਹ ਜਦ ਬਾਤ ਵੀ ਕਰਤੀ ਹੈ ਤੋ ਯੂ ਨੋ ਇਟਸ ਅ ਲੋਟ ਆਫ ਫਨ। ਮੈਨੂੰ ਅੱਛਾ ਲੱਗਾ ਇਨ ਦੋਨੋਂ ਕੇ ਸਾਥ ਸਕਰੀਨ ਸ਼ੇਅਰ ਕਰਕੇ, ਔਰ ਮੈਨੂੰ ਲੱਗਦਾ ਮੈਨੂੰ ਅੱਗੇ ਔਰ ਮੌਕਾ ਮਿਲੇਗਾ ਕੰਮ ਕਰਨ ਕਾ। ਦਿਲਜੀ, ਆਪ ਇੰਡਸਟਰੀ ਕੇ ਸਭ ਬੜੇ ਸਟਾਰਸ ਮੇ ਸੇ ਏਕ ਹੈ, ਫੈਨਸ ਆਪਕੋ ਬਹੁਤ ਪਸੰਦ ਕਰਤੇ ਹੈ, ਲੇਕਿਨ ਜੈਸਾ ਕਿ ਹਮ ਸਭੀ ਜਾਣਦੇ ਹੈ ਕਿ ਆਪਕੀ ਸ਼ੁਰੂਆਤ ਕਹਾਂ ਸੇ ਕਹਾਂ ਤੱਕ ਹੋਈ ਹੈ, ਤੋ ਇੱਕ ਛੋਟੀ ਸੀ ਜਗ੍ਹਾ ਸੇ ਆ ਕੇ ਇਤਨੇ ਬੜੇ ਸਟਾਰ ਬਣਨੇ ਕੇ ਬਾਅਦ ਆਪ ਆਪਣੀ ਜਰਨੀ ਕੇ ਬਾਰੇ ਮੇਂ ਕਿਆ ਕਹਿਣਾ ਚਾਹਾਂਗੇ ਕਿ ਜਹਾਂ ਸੇ ਆਪਨੇ ਸ਼ੁਰੂਆਤ ਕੀ, ਕਿਸ ਤਰ੍ਹਾਂ ਸੇ ਆਪ ਯੇ ਪੂਰੀ ਜਰਨੀ ਅਪਨੇ ਯਹਾਂ ਤੱਕ ਜੀ ਹੈ, ਔਰ ਅਬ ਆਪਕੋ ਲੱਖੋਂ ਕਰੋੜੋਂ ਫੈਨਸ ਕਾ ਪਿਆਰ ਮਿਲਤਾ ਹੈ, ਨਾ ਕਿ ਸਿਰਫ ਦੇਸ਼ ਮੇਂ ਬਲਕਿ ਦੇਸ਼ ਭਰ ਕੇ ਬਾਹਰ ਵੀ। ਇੰਟਰਨੈਸ਼ਨਲੀ ਆਪਕਾ ਨਾਮ ਹੈ, ਸਭ ਆਪਕੋ ਪਸੰਦ ਕਰਤੇ ਹੈਂ, ਆਪਣੇ ਗਾਨੋਂ ਕੋ ਪਸੰਦ ਕਰਤੇ ਹੈਂ, ਔਰ ਆਪਕੀ ਫਿਲਮ ਕੇ ਵੀ ਸਭ ਕਾਫੀ ਜ਼ਿਆਦਾ ਦੀਵਾਨੇ ਹੈਂ, ਤੋ ਆਪਕਾ ਆਪਣੀ ਜਰਨੀ ਕੋ ਲੇਕਰ ਕਿਆ ਕਹਿਣਾ ਹੈ? ਮੈਨੂੰ ਲੱਗਦਾ ਸਾਰੇ ਆਪਾਂ ਪਿੰਡਾਂ ਤੋਂ ਹੀ ਰਿਲੇਟ ਕਰਦੇ ਹਾਂ, ਸਾਰੇ ਕਿਤੇ ਨਾ ਕਿਤੇ ਸਾਡੇ ਪੇਰੈਂਟਸ ਜਿਹੜੇ ਆ ਉਹ, ਜੇ ਕੋਈ ਬੰਦਾ ਸ਼ਹਿਰ 'ਚ ਵੀ ਬਰੋਨਾ ਬਟਮ ਹੋਇਆ ਤਾਂ ਪੇਰੈਂਟਸ ਤਾਂ ਪਿੰਡ ਤੋਂ ਹੀ ਬਣਿਆ ਹੋਇਆ ਤਾਂ, ਹੁਣ ਹੀ ਜ਼ਿਆਦਾ ਸ਼ਹਿਰੀਕਰਨ ਹੋ ਗਿਆ, ਪਹਿਲਾਂ ਤਾਂ ਸਾਰੇ ਪਿੰਡ ਤੋਂ ਹੀ ਬਿਲੋਂਗ ਕਰਦੇ ਆਪਾਂ ਸਾਰੇ। ਬਟ ਨੋ ਡਾਊਟ ਜਦੋਂ ਤੁਸੀਂ ਬਹੁਤ ਥੱਲੋਂ ਸ਼ੁਰੂ ਸਟਾਰਟ ਕੀਤਾ ਹੋਊਗਾ ਤਾਂ ਤੁਹਾਨੂੰ ਲਾਗੇ ਸ਼ਾਨਾਜ਼ ਦੀ ਗੱਲ ਕੀਤੀ ਸੀ, ਹਾਂ ਤੋ ਜੋ ਮੇਰੇ ਪਹਿਲੇ ਕਾ ਉਸਕੋ ਇਸਕੇ ਆਗੇ ਇਹ ਹੋਤਾ ਹੈ ਕਿ ਠਹਿਰੇ ਔਰ ਠਹਿਰਾਓ ਦੂਰ ਹੋਤਾ ਹੈ ਜੋ ਗਾਓਂ ਸੇ ਉੱਠੋ। ਦਿਲਜੀਤ ਜੀ ਔਰ ਸੌਰਭ, ਆਪ ਦੋਨੋਂ ਪਹਿਲੇ ਵੀ ਇਸ ਇੰਡਸਟਰੀ ਮੇਂ ਕਾਫੀ ਟਾਈਮ ਸੇ ਕਾਮ ਕਰਤੇ ਆ ਰਹੇ ਹੈਂ, ਇੱਕ ਸਾਥ ਕਈ ਸਾਰੇ ਮੂਵੀਜ਼ ਮੇਂ ਕਾਮ ਕੀਆ ਹੈ ਆਪਨੇ, ਤੋ ਅਬ ਮੁਝੇ ਆਪ ਯੇ ਬਤਾਈਏਗਾ ਕਿ ਜਬ ਆਪ ਲੋਗੋਂ ਕੀ ਪਹਿਲੀ ਮੁਲਾਕਾਤ, ਜਬ ਆਪਕੀ ਪਹਿਲੀ ਮੁਲਾਕਾਤ ਹੋਈ ਥੀ ਮੁਝੇ ਕੇ ਦੌਰਾਨ, ਤੋ ਆਪ ਲੋਗੋਂ ਕਾ ਫਰਸਟ ਇੰਪ੍ਰੈਸ਼ਨ ਕਿਆ ਥਾ ਉਸਕੇ ਬਾਰੇ ਮੇਂ, ਔਰ ਤਬ ਸੇ ਲੇਕਰ ਅਬ ਤੱਕ ਆਪ ਲੋਗੋਂ ਨੇ ਕਿਆ ਚੇਂਜਸ ਨੋਟਿਸ ਕੀਏ ਉਸਕੇ ਬਾਰੇ ਮੇਂ, ਕੁਛ ਚੀਜ਼ੇ ਵੈਸੀ ਹੀ ਹੈ ਕਿ ਆਪ ਬਦਲ ਗਏ ਹੈ, ਆਪ ਯੇ ਬਤਾਏ ਸਕਦੇ ਹੋ? ਕਿਉਂਕਿ and Diljit was already a massive star, so yeah, I just was starstruck at that time, aur ab change nahi hua, he's become even bigger, so main seekhti hu, main in fact jab milti hu to kafi sawal bhi poochti hu, to aaj ka main bachcha bhi unse seekhta hu, so bhi sakte hu, so bhi to bahut expression ਮੈਨੂੰ ਪਤਾ ਨਹੀਂ, ਬਟ ਯੈਸ ਅਸੀਂ ਪਹਿਲੀ ਫਿਲਮ ਕੀਤੀ ਪੰਜਾਬ 1984, ਉਹ ਮੈਨੂੰ ਸੋਨਮ ਜੀ ਦੀ ਬੈਸਟ ਲੁੱਕ ਲੱਗਦੀ ਆ ਹੁਣ ਤੱਕ ਜਿੰਨੇ ਵੀ ਇਹਨਾਂ ਨੇ ਫਿਲਮਾਂ 'ਚ ਕੰਮ ਕੀਤਾ। ਮੈਨੂੰ ਪਤਾ ਬਾਕੀ ਮੁੰਡਿਆਂ ਨੂੰ ਗਲੈਮਰਸ ਤੁਹਾਡੀ ਲੁੱਕ ਬਹੁਤ ਪਸੰਦ ਆ ਸਾਰਿਆਂ ਨੂੰ, ਬਟ ਮੈਨੂੰ ਸੂਟ ਸਲਵਾਰ ਵਾਲੀ ਜਿਹੜੀ ਲੁੱਕ ਆ ਉਹ ਬੈਸਟ ਲੁੱਕ ਲੱਗਦੀ ਆ। ਮੈਂ ਇੱਦਾਂ ਨਹੀਂ ਕਹਿ ਰਿਹਾ ਕਿ ਗਲੈਮਰ ਨਹੀਂ ਪਾਉਣਾ ਚਾਹੀਦਾ, ਸਾਰੇ ਮੈਂ ਆਪ ਪੂਰੇ ਗਲੈਮਰ ਸੋਚ ਬੈਠਾ, ਬਟ ਜਿੱਦਾਂ ਉਹਨਾਂ ਨੇ ਕਿ ਪਸੰਦ ਫੇਵਰੇਟ ਅਤੇ ਜਿੱਦਾਂ ਹੁੰਦਾ ਬੰਦੇ ਦਾ ਪਰਸਨਲ ਫੇਵਰੇਟ, ਅਤੇ ਮੈਨੂੰ ਜਿਹੜੀ ਪੰਜਾਬ 1984 ਵਾਲੀ ਜਿਹੜੀ ਲੁੱਕ ਆ ਉਹ ਬਹੁਤ ਵਧੀਆ ਲੁੱਕ, ਬਟ ਉਹ ਤੁਸੀਂ ਹੁਣ ਵੀ ਅੱਜ ਵੀ ਪਾਓ ਤਾਂ ਮੈਨੂੰ ਕਦੇ ਲੱਗਦੇ ਆ ਸੋਚਿਆ ਹੀ ਕੁਛ ਨਹੀਂ, ਤਾਂ ਆਪਣਾ ਉਹਨੂੰ ਮੇਨਟੇਨ ਰੱਖਦੇ, ਉਦੋਂ ਵੀ ਜਿੰਮ ਜਾਂਦੇ ਸੀ, ਹੁਣ ਵੀ ਜਿੰਮ ਜਾਂਦੇ ਆ, ਉਦੋਂ ਪਹਿਲਾਂ ਮੈਨੂੰ ਲੱਗਦਾ 100 ਕਿਲੋ ਦੀ ਬੈਂਚ ਪ੍ਰੈਸ ਮਾਰਦੇ ਹੁਣ, ਹੁਣ 200 ਕਿਲੋ ਦੀ ਬੈਂਚ ਪ੍ਰੈਸ ਮਾਰਦੇ, ਉਹ ਕੀ ਹੁੰਦੀ ਹੈ ਸੱਚ, ਉਹ ਜਿਹੜਾ ਜ਼ਿਆਦਾ ਇੱਥੇ ਰੱਖ ਕੇ ਮਾਰਦੇ ਤੂੰ ਸਕਾਟ ਬੈਂਚ ਪ੍ਰੈਸ, ਪਹਿਲਾਂ 100 ਕਿਲੋ ਦੀ ਸਕਾਟ ਮਾਰਦੇ ਹੁਣ 200 ਕਿਲੋ ਦੀ ਸਕਾਟ, ਮੈਂ ਜਿੰਮ ਵੀ ਲਾਇਆ ਸੀ ਇਕੱਠਿਆਂ ਦਾ, ਇੱਕ ਸਾਡਾ ਪਾਰਟਨਰ ਹੋਰ ਹੁੰਦਾ ਸੀ ਉਹ ਜੀ, ਕਈ ਬੰਦੇ ਨੇ ਚੀਕਾ ਮਾਰ ਕੇ ਜਿੰਮ ਲਾਉਂਦੇ ਆ, ਅੱਛਾ ਇਹ ਹਿੰਦੀ ਵਿੱਚ ਬੋਲਦੇ, ਓ ਮਾਈ ਗੋਡ, ਕਈ ਬੰਦੇ ਹੁੰਦੇ ਨੇ ਜੋ ਚੀਕੇ ਮਾਰ ਮਾਰ ਕੇ ਜਿੰਮ ਲਗਾਤੇ ਆ, ਤੋ ਇੱਕ ਵਾਰ ਪਾਰਟਨਰ ਚੀਕੇ ਮਾਰ ਕੇ ਜਿੰਮ ਲਗਾਤਾ, ਬਟ ਵੀ ਆਰ ਸਾਇਲੈਂਟ ਵਰਕਰਸ। ਸ਼ਹਿਨਾ, ਇਹ ਸਵਾਲ ਆਪਕੇ ਲਈ ਹੈ, ਆਪ ਸਿੰਗਿੰਗ ਕਰਤੀ ਹੈ ਔਰ ਬਹੁਤ ਹੀ ਬਿਹਤਰੀਨ ਐਕਟ੍ਰੈਸ ਹੈ, ਔਰ ਆਪਕੇ ਸਾਥ ਦਿਲਜੀਤ ਦੋਸਾਂਝ ਹੈ, ਤੋ ਕਿਆ ਆਪ ਇਨਕੇ ਸਾਥ ਕੋਈ ਜੈਮਿੰਗ ਮੈਮ ਟ੍ਰਾਈ ਕੀਆ ਇਸ ਦੌਰਾਨ? ਜਬ ਇਹਨਾਂ ਮੇਰਾ ਗਾਣਾ ਸੁਣਾ, ਮੈਨੇ ਕਹਾ ਕਮੀ ਬਤਾ ਦੋ, ਪਹਿਲੇ ਮੁਝੇ ਫੀਲ ਬਹੁਤ ਅੱਛਾ ਹੈ, ਸੁਣੋ ਨਾ, ਫੀਲ ਬਹੁਤ ਅੱਛਾ ਹੈ, ਅੱਛਾ ਤੋ ਕਮੀ ਬਤਾ ਦੋ ਕਿ
अच्छा एक 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 वर्ड के बाद कमी बता रहे अच्छा इसमें 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 मतलब मेरा पूरा गाना मैंने मेकअप बाद में रिकॉर्ड कर दिया मैंने कमी नहीं थी बहुत छोटे छोटे क्योंकि पता क्या होता है ना मैं प्रोफेशनल सिंगर नहीं हूँ अब दिलजीत दोसांझ कहाँ अब मैंने पूछ भी किससे लिया है ना पंगा एज अ सिंगर मुझे पता नहीं एज एन एक्टिंग आपका मुझे नहीं पता इतना मतलब एक्टिंग सारे कर लेते हैं ना बहुत लोग कर लेते हैं बट एज अ सिंगर नो कॉम्पिटिशन बट एज मतलब एक्टर बहुत कॉम्पिटिशन हो गए बट एज अ सिंगर मतलब बहुत अच्छा अच्छे सिंगर हो बट मुझे लगता है कि हम सब उतने अच्छे सिंगर अब नहीं रहे क्योंकि अब जो रिकॉर्डिंग्स है ना वो मुझे लगता है आपको भी गाना एक दिन पहले एक दिन पहले करो तो पहले जो आर्टिस्ट होते थे वो एक एक महीना गाने का रिहर्सल करते थे उनको गाना याद होता था और फिर जगह नहीं बचती थी कि आप सुर से उतर जाएंगे तो आज होता है कि अभी गाना लिखा है या कल गाना आया आपको और आप गा रहे हैं सो हमारी उतनी प्रैक्टिस नहीं रही है तो कहीं कहीं कोई कोई सुर छूटता जाता है तो वैसे तो प्लगइन्स के साथ वो भी ठीक हो जाता है फील होनी चाहिए बंदे के पास बट आपने बार बार पूछा तो फिर मुझसे रहा नहीं है इसलिए मैंने थोड़ा थोड़ा बताया लेकिन आपने फील बहुत अच्छा गाया था और उसके बाद उन्होंने एक दिन लगाया और पूरा याद किया गाना और फिर गाया और आपको बहुत अच्छा लगा शहनाज़ और सोनम मैं आपसे एक सवाल करना चाहूँगी कि आप हमें बहुत ज्यादा इंटरेक्ट करने का मौका नहीं मिला बट जितना भी मैंने शनाज से किया शी इज वेरी फन शी इज एग्जैक्टली व्हाट वी हैव सीन हर ऑन स्क्रीन सो एंड आई थिंक इवन शी नेचुरली हैज अ वेरी वेरी ग्रेट सेंस ऑफ ह्यूमर सो या दैट्स व्हाट आई फेल्ट कि वो जो बात भी करती है तो यू नो इट्स अ लॉट ऑफ फन तो शी वो बहुत बिंदास एंड दैट्स व्हाट आई रियली लाइक्ड अबाउट हर जब हम डांस मोमेंट्स कर रहे थे तो हमारी ज्यादा बातें हुई थी और हमने स्टेप मतलब हमने बहुत अच्छा तू सीख लिया अच्छा तुमने सीख लिया अच्छा चल ठीक है हम प्रैक्टिस कर लेते हैं एक बार तो हम प्रैक्टिस कर रहे थे मतलब वो बहुत फन था और अच्छा था कि मतलब एज ए मतलब तुम को स्टार एक दूसरे की हेल्प करते हो वो अच्छी बात है तो मतलब शी इज डाउन टू अर्थ जैसे मतलब वो भी हेल्प करते हैं जैसे मैं दिलजीत सर के बारे में भी जैसे मैंने बताया तो उसे सी ये दोनों पंजाबी इंडस्ट्री में काफ़ी बड़े हैं जो भी बोल रहे हैं ना तो मुझे अच्छा लगा इन दोनों के साथ स्क्रीन शेयर करके और मुझे लगता है मुझे आगे और मौका मिलेगा काम करने का अच्छा अगर आपको ये बताइए अगर ये मूवी बॉलीवुड में हिंदी में अगर इसको दोबारा से बनाया जाए रिमेक किया जाए तो आपके हिसाब से किसे इस मूवी को स्टार करना चाहिए आप बताएं रानी मुखर्जी काजल अर्शन ठीक है अच्छा रानी मुखर्जी काजल बढ़िया एक्ट्रेस है ठीक है कर लो ले लो साढ़े तो राइट्स तो बढ़ाया होगी हैं और हमारी सबकी शुभकामनाएं हैं आपके साथ और आप इसी तरीके से बेहतरीन काम करते रहें।